इमदाद कुन इमदाद कुन अजर जो गम आज़ाद कुन दरदीनो दुनिया शाद कुन या गो सलाज़म दस्तगीर या गो सलाज़म या गो सलाज़म दस्तगीर मैं मंग तां मैं मंगता सरकार दा। ਨਾ ਕਿਸੇ ਕਮ ਨਕਾਰ ਦਾ ਕੋਈ ਹਾਮੀ ਨਾ ਬਦਕਾਰ ਦਾ ਯਾ ਗੋਸ ਲਾਜ਼ਮ ਯਾ ਗੋਸ ਲਾਜ਼ਮ ਦਸਤਗੀਰ ਯਾ ਗੋਸ ਲਾਜ਼ਮ ਦਸਤਗੀਰ ਦਰ ਪਰ ਸਵਾਲੀ ਹੈ ਖੜਾ ਦਰ ਪਰ ਸਵਾਲੀ ਹੈ ਖੜਾ हाथ में कासा लिए कुछ हो अता कुछ हो अता या गौ सलाजम या गौ सलाजम दस्तगीर या गौ सलाजम दस्तगीर औज बिललाह निश्यात वंडर रजीम बिस्मिल्लाह रहमानुर रहीम मेरे दोस्तों तो मेरे इस्लामी बहन भ्राओ आज तन्न मैं ਵਜ਼ੀਫਾ ਉਹ ਦੱਸਣ ਲੱਗਾ ਕਸੀਦਾ ਗੋਸ਼ਿਆ ਸ਼ਰੀਫ ਦਾ ਕਸੀਦਾ ਗੋਸ਼ਿਆ ਸ਼ਰੀਫ ਐਸਾ ਅੱਲਾਹ ਤਾਲਾ ਦੇ ਸਰਕਾਰ ਦੇ ਗੋਸ ਪਾਕ ਦੇ ਮੂੰਹ ਅਲਫਾਜ਼ ਨਿਕਲੇ ਅਰਬੀ ਦੇ ਐਸੇ ਪਾਵਰ ਕੁੰਦ ਐਸੇ ਜਿਸ ਬੰਦੇ ਨੇ ਕਦੀ ਕਰਾਮਤ ਨਹੀਂ ਨਾ ਕਿਸੇ ਦੇਖੀ ਕਰਾਮਤ ਹੁੰਦੀ ਤੁਸੀਂ ਇਨਸ਼ਾਅੱਲਾ ਕਸੀਦਾ ਗੋਸ਼ਿਆ ਪੜੋ ਤੋ ਉਸ ਵਕਤ ਨੂੰ ਕਰਾਮਤ ਕਹਿੰਦੇ ਕਰਾਮਤ ਹੁਣ ਸ਼ੁਰੂ ਹੋਈ ਬੰਦੇ ਦੇ ਕੋਲ ਠੀਕ ਹੈ ਲੇਕਿਨ ਪੜਨ ਤੋਂ ਪਹਿਲੇ ਆ ਦੇਖ ਲਿਆ ਕਰੋ ਜਾਂ ਸਲਾਂ ਤੋਂ ਪਹਿਲੇ ਆ ਦੇਖ ਲਿਆ ਕਰੋ ਬੰਦਾ ਐਸੀ ਦਾ ਅਮਲ ਹੈ ਕਿ ਸਿੱਧੇ ਗੋਸੀ ਹੋ ਕੇ ਨਹੀਂ ਹੈਗਾ ਤੇ ਪੀਰ ਦਿ ਰਾਤ ਵੀ ਜਿਹੜੇ ਅਮਲ ਰਾਤ ਨੂੰ ਵੀ ਦੇਹ ਲਨ ਕਰਮੀ ਮੈਂ ਤਾਂ ਪੜਿਆ ਨਹੀਂ ਕਿਸਦਾ ਉਸੇ ਤੇ ਮੈਂ ਵੀ ਜਿਆਦਾ ਜਾਨੇ ਆਪਣੇ ਮਰੀਦ ਨੂੰ ਤੇ ਮੇਰੇ ਦੋਸਤੋ ਮੇਰੇ ਬੱਚੋ ਉਸ ਬੰਦੇ ਕੋਲ ਜਿਆਦਾ ਲੈਣੀ ਤੁਸੀਂ ਕਿਸਦਾ ਗੋਸੀਆ ਜਿਹੜਾ ਕਿਸਦਾ ਗੋਸੀਆ ਅਮਲ ਜਿਹੜਾ ਰੋਜ਼ਾਨਾ ਪੜਦਾ ਹੈ ਅਮਲ ਹੁੰਦਾ ਜਿਹੜਾ ਰੋਜ਼ਾਨਾ ਕਿਸਦਾ ਗੋਸੀਆ ਪੜੇ ਉਹਨੂੰ ਅਮਲ ਕਹਿੰਦੇ ਨੇ ਭਾਵੇਂ ਤਿੰਨ ਵਾਰ ਪੜੇ ਭਾਵੇਂ 11 ਵਾਰ ਭਾਵੇਂ 100 ਵਾਰ ਪੜੇ ਪੜੇ ਰੋਜ਼ਾਨਾ ਉਹਨੂੰ ਕਹਿੰਦੇ ਨੇ ਅਮਲ ਤੇ ਇਸ ਲਈ ਦੋਸਤੋ ਜਿਸ ਬੱਚਾ ਸ਼ਕੀਨ ਕਿਸਦਾ ਗੋਸੀਆ ਦਾ ਹੈ ਉਹਨੂੰ ਸ਼ੌਕੇ ਪੜਨ ਦਾ ਸਿੱਧਾ ਗੋਸ਼ਿਆ ਤੋਂ ਮੈਂ WhatsApp ਨੰਬਰ ਆਪਣਾ ਨੰਬਰ ਤੇ ਬਣਾ ਦਿੱਤਾ ਹੈ ਉਹ ਆਪਣਾ ਉਹਦੇ ਤੇ ਫੋਨ ਕਰਕੇ ਇਹ ਜਾਤ ਲੈ ਸਕਦਾ ਹੈ ਅਪਲ ਜਾਜ਼ ਹੁੰਦੀ ਤੁਸੀਂ ਕੋਲ ਲਾਓ ਤੇ ਉਹ ਸਭ ਤੋਂ ਅੱਛੀ ਜਾਤ ਫੇਰ ਬੰਨਣ ਜਾਤ ਹੁੰਦੀ ਤਾਂ ਕਿ ਬੰਦਾ ਦੇਖ ਲੈ ਬੰਦਾ ਕਿੰਨਾ ਬਰਦਾਸ਼ਤ ਕਰ ਸਕਦਾ ਨਹੀਂ ਕਰ ਸਕਦਾ ਤੇ ਮੇਰੇ ਬੱਚੋ ਸਿੱਧਾ ਗੋਸ਼ਿਆ ਤੁਹਾਨੂੰ ਆ ਕੇ ਪੜ ਕੇ ਦੱਸਿਆ ਪੜ੍ਹਨੀ ਜ਼ਰੂਰਤ ਨਹੀਂ ਹੈ ਠੀਕ ਹੈ ਤੇ ਜੇ ਕਹਿੰਦੇ ਹੋ ਤੁਹਾਨੂੰ ਮੈਂ ਇੱਕ ਵਾਰ ਤੁਹਾਨੂੰ ਯਾਦਗਾਨੀ ਪੜ੍ਹ ਕੇ ਥੋੜਾ ਜਿਹਾ ਸੁਣਾ ਦੇਣਾ ਤੂੰ ਸਿਦਾ ਗੋਸ਼ਾ ਸੁਣ ਲੋ ਪੜਨਾ ਸਭ ਤੋਂ ਪਹਿਲੇ ਦੋਸਤ ਲੋ 7 ਦਫਾ ਦਰੂਸ਼ੀ ਪੜਨਾ ਜਿਸ ਬੱਚੇ ਨੂੰ ਪੜਨਾ ਕਰਨਾ ਹੈ ਤੇ 3 ਦਫਾ ਐਤਲ ਕੁਰਸੀ ਪੜ ਕੇ ਆਪਣੇ ਆਪ ਤੇ ਚੰਗੀ ਤਰ੍ਹਾਂ ਫੂਕ ਮਾਰ ਲੈਣੀ ਕਰਨੀ ਹੈ ਤੇ ਉਸ ਤੋਂ ਬਾਅਦ ਤੂੰ ਸਿਦਾ ਗੋਸ਼ਾ ਪੜਨਾ ਕਰਨਾ ਹੈ ਸਾਕਾ ਅਨਿਲ ਹੁਬ ਕਸਾ ਤਿਲ ਵਸਾਲੀ ਫਕੁਲ ਤਲ ਖਮਰਤੀ ਨਾ ਵੀ ਤਾਲੀ सातव माशत नफ़ी को सुन फ़हमत बैनवाली फकुल वद तरसारुम बाली वंतुमजाली वो वशरब अंतुम, अंतुम जनूदी फ़साकिल कोम बिलवाफ़ि मनाली शार तुम फुदलाती मीम बद श वालम उत साली मुकामुकम ओला जमक़िम फ़को को मजाला अली नाफ़ी अधराती तक्रहदर फुन्जला शेखुन मन फफ़िर जालती मसाली कसानी खिलातम बेहतर आज़िया ज़मीन वजिन कमाली व अतलानी सरकदीम करी वानीअलम फ़िकमीना फ़िजुनफीकली फ़लाल कैशरफ़ी बहर फिज़ा वाली फ़लाल कैसरफ़ी जबालत वत बैनली फ़लाल कैशिफ कामतरत मोला तली वम शहर तुमरवन काजिल्ला तली

बकुल्ल वा वालमिनदमिन नबी बदल कमाली रजाल फिर वैरम सयाम वफिजलमिला नबी जुन हाशमी मक्की हजाद वजदी बेहिनली मुरीदिला ताफ़ वाइशफ़ वा इन आज़मून कातिल कताली अन जहलजुमोदिन इसमी व्लामी अला रसल जबाली अन हसनी मकामी वक़दामी अनकुर जाली व अब्दुल कदम इसमी वजद दी सबकमाली तकबन वा तरद उवालिक् सैयदी उमदर बेहाली ਜੋ ਸੂ ਆਖਰੀ ਪੰਜਰਾ ਪੜਿਆ ਹੈ ਦੁਆਇਆ ਕੀ ਇਹ ਨੂੰ ਨਾਲ ਨਾਲ ਆਜ਼ਮ ਪੜਿਆ ਕਰੋ ਇਹ ਨੂੰ ਤੁਸੀਂ 11 ਦਫਾ ਘਟ ਤੋਂ ਘਾਟ ਇਹ ਨੂੰ 11 ਦਫਾ ਪੜਿਆ ਕਰੋ ਹਰ ਰੋਜ਼ ਦੀਨ ਦੁਨੀਆ ਦੇ ਫਾਇਦੇ ਤੇ ਲੇਕਿਨ ਪੜਨਾ ਤੁਸੀਂ ਜਿਆਦ ਲੈ ਕੇ ਜੇ ਜੇ ਤੁਹਾਨੂੰ ਕੋਈ ਨਹੀਂ ਲੱਭਦਾ ਬਾਬੇ ਉਸ ਕੋ ਜਿਆਦ ਲੈਣੀ ਜਿਹੜਾ ਬੰਦਾ ਪੜ ਲਖ ਸਦਾ ਹੋ ਗਿਆ ਕੋਈ ਬੜੇ ਮੈਨੂੰ ਅਕਸਰ ਕਮੰਡ ਵਗੈਰਾ ਕਰਦੇ ਨੇ ਕਹਿੰਦੇ ਬਾਬਾ ਜੀ ਸਾਨੂੰ ਇਹਨਾਂ ਨਾ ਚੜ ਪੜ ਦਿਓ ਬਾਬੇ ਨੂੰ ਜਾਗਲੀ ਮੈਂ ਉਹਨੂੰ ਪੁੱਛਿਆ ਬੇਟਾ ਜੀ ਤੁਹਾਡਾ ਪੀਨ ਕਸਿਦਾ ਗੋਸ਼ੇ ਪੜੋ ਕਹਿੰਦੇ ਨਹੀਂ ਪੜੋ ਕਸਿਦਾ ਗੋਸ਼ੇ ਨਹੀਂ ਪੜੋ ਮੈਂ ਫਿਰ ਜਾਤ ਕੋ ਦਿਤੀ ਉਹਨਾਂ ਨੂੰ ਕਸਿਦਾ ਗੋਸ਼ੀ ਅਜ ਪੜਨਾ ਚਾਹਦੇ ਬੱਚੋ ਫਿਰ ਜਾਤ ਵੀ ਤੁਹਾਨੂੰ ਉਹਦੇ ਕੋਲ ਲੈਣੀ ਪੈਗੀ ਜਿਹੜਾ ਬੰਦਾ ਕਸਿਦਾ ਗੋਸ਼ੀ ਪੜਦਾ ਲੋ ਬੱਚੋ ਐਨੂ ਕਸਿਦਾ ਗੋਸ਼ੇ ਪੜਨਾ ਕਰਨਾ ਹੈ ਤੇ ਜਾਤ ਲੈਣੀ ਤੁਸੀਂ WhatsApp ਨੰਬਰ ਤੁਸੀਂ ਜਾਤ ਲੈ ਸਕਦੇ ਫੋਨ ਕਰਕੇ ਜਿਹੜੇ ਮੇਰੇ ਭੈਣ ਭਰਾ ਪਾਕਿਸਤਾਨ ਚ ਨੇ ਪਾਕਿਸਤਾਨ ਚ ਬਾਹਰ ਹੈਗੇ ਨੇ ਉਹ ਵੀ ਜਾਤ ਲੈ ਕੇ ਪੜ ਸਕਦੇ ਠੀਕ ਹੈ ਔਰ ਮੈਂ ਆਪਣਾ ਜਿੰਨੇ ਕੋ WhatsApp ਨੰਬਰ ਵੀ ਬਣਾਤਾ ਐਸੇ ਨੰਬਰ ਤੇ ਤੁਹਾਡੇ ਲਈ ਤੁਹਾਡੀ ਜਿਹੜੀ ਬਹਾਪਰਾ ਅਸrar ਕਰ ਰਹੀ ਸੀ ਮੈਂ ਹੁਣ ਬਣਾ ਦਈਏ ਠੀਕ ਹੈ ਔਰ ਜਿਹੜੇ ਦੋਸਤ ਮੇਰੇ ਕਹਿੰਦੇ ਬਾਬਾ ਤੁਹਾਡੀ ਖਿਦਮਤ ਕਰਨਾ ਚਾਹਨੇ ਆਂ ਸੀ ਕਿ ਮਿਠਾਈ ਤੁਹਾਨੂੰ ਖਵਾਣਾ ਚਾਹਨੇ ਆਂ ਤੇ ਮੇਰੇ ਦੋਸਤੋ ਹੁਣ ਮੈਂ ਆਪਣੇ ਐਸੇ ਨੰਬਰ ਤੇ ਜਾਇਜ਼ account ਬਣਾ ਦਤਾ ਹਾਂ ਜਾਇਜ਼ ਪਾਸਾ ਠੀਕ ਹੈ ਹੁਣ ਤੁਸੀਂ ਉਹ ਜਿੰਨੀ ਖਿਦਮਤ ਚਾਹੇ ਆਪਣੇ ਅੱਖਾਂ ਬੰਦ ਕਰ ਸਕਦੇ ਬੇਫਿਕਰ ਹੋ ਖੁਸ਼ੀ ਜਿੰਨੀ ਇਸ ਵਤਫੀਕ ਤੇ ਦੋਸਤ ਤੀਸਰੀ ਗੱਲ ਹੈ ਜੀ ਜਯਾਰ ਮਿਸ਼ਰੀਫ ਹਰ ਚੰਦੇ 10 ਤਰੀਕ ਨੂੰ ਤੁਸੀਂ ਇਹ ਖਤਮ ਹੁੰਦਾ ਹੁੰਦਾ ਹੈ ਠੀਕ ਹੈ ਤੁਸੀਂ ਇਹਦਾ ਕਰਾਣਾ ਕਰਨਾ ਮੈਨੂੰ 8 ਤੋਂ 9 ਤਰੀਕ ਤੱਕ ਜੋ ਵੀ ਤੁਸੀਂ ਸਵਤਵੀ ਕਰਾਣਾ ਹੈ 10 ਰੁਪਏ 20 ਰੁਪਏ 40 ਰੁਪਏ 50 ਰੁਪਏ ਜਿੰਨੇ ਸਵਤਵੀ ਕੇ ਤੁਸੀਂ ਉਸ ਸਾਹਬ ਨੂੰ ਤੁਸੀਂ ਆਪਣੇ ਹਿੱਸਾ ਪਾਣਾ ਕਰਨਾ ਲੋ ਦੋਸਤੋ ਇਹਨਾਂ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਗੌਰ ਫਿਕਰ ਕਰਕੇ ਚੰਨ ਲਈ 8 ਤੋਂ 9 ਤੱਕ ਤੁਸੀਂ ਆਪਣਾ ਹਿੱਸਾ ਪਾ ਲੈਣਾ ਕਰਨਾ ਜੋ ਪਾਣਾ ਕਰਨਾ ਲੇਕਿਨ ਜਿਹੜਾ ਤੁਸੀਂ ਹਿੱਸਾ ਪਾਣਾ ਕਰਨਾ ਉਹ ਤੁਸੀਂ ਮੈਨੂੰ ਦੱਸ ਦੇਣਾ ਬਾਬਾ ਜੀ ਅਸੀਂ ਯਾਰ ਮੇਰੇ ਸਾਥ ਹਾਲੇ ਸਾ ਕਰਾਤ ਇਹ ਤੁਹਾਡੀ ਖਿਦਮਤ ਹੈ ਤੁਸੀਂ ਚਾਹੁੰਦੇ ਆ ਨਾ ਮੇਰੀ ਖਿਦਮਤ ਕਰ ਕਮ ਸੋ ਬਾਬਾ ਜੀ ਯਾਰ ਮੇਰਾ ਸਾਥ ਚਲਾ ਗਿਆ ਇਹ ਨੀ ਜੇ ਕੋ ਨਾ ਬੱਚੋ ਅੱਛਾ ਜੀ ਅਸਲਾਮੁਅਲੈਕਮ ਇਹਨੂੰ ਯਾਦ ਰੱਖਣਾ ਜੀ